ਦੋਸਤੋ, ਤੁਸੀਂ ਅਕਸਰ ਆਪਦੇ ਆਲੇ ਦੁਆਲੇ ਕੁਛ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਣਾ ਕਿ ਯਾਰ ਆਪਣੇ ਇਕੱਲਿਆਂ ਨਾਲ ਸਿਸਟਮ ਤਾਂ ਚੇਂਜ ਹੁੰਦਾ ਨਹੀਂ, ਆਪਾਂ ਕੁਛ ਕਰੀਏ ਤਾਂ ਕੁਛ ਫਰਕ ਤਾਂ ਪੈਣਾ ਨਹੀਂਗਾ, ਆਪਾਂ ਸਿਸਟਮ ਨੂੰ ਬਦਲ ਨਹੀਂ ਸਕਦੇ ਜਾਂ ਆਪਾਂ ਕੋਈ ਕੰਮ ਦੀ ਸ਼ੁਰੂਆਤ ਨਹੀਂ ਕਰ ਸਕਦੇ। ਤਾਂ ਉਹਦੇ ਲਈ ਨਾ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਕਹਾਣੀ ਸੁਣਾਉਣਾ। ਇੱਕ ਵਾਰ ਇੱਕ ਬਜ਼ੁਰਗ ਆਦਮੀ ਹੁੰਦਾ ਅਤੇ ਉਹ ਰੋਜ਼ ਸੈਰ ਕਰਨੇ ਜਾਂਦਾ ਸਮੁੰਦਰ ਦੇ ਕਿਨਾਰੇ 'ਤੇ। ਤਾਂ ਇੱਕ ਸਵੇਰ ਕੀ ਦੇਖਦਾ ਹੈ ਕਿ ਸਮੁੰਦਰ ਦੇ ਕਿਨਾਰੇ 'ਤੇ ਉਹ ਸੈਰ ਕਰਦਾ ਕਰਦਾ ਤਾਂ ਸਮੁੰਦਰ ਦੀਆਂ ਲਹਿਰਾਂ ਕਈ ਵਾਰ ਬਹੁਤ ਉੱਚੀਆਂ ਆ ਜਾਂਦੀਆਂ ਅਤੇ ਕਈ ਸਮੁੰਦਰੀ ਜੀਵ ਮਤਲਬ ਕਿ ਸਮੁੰਦਰ ਦੇ ਕਿਨਾਰੇ 'ਤੇ ਸਿੱਟ ਦਿੰਦੀਆਂ ਨੇ, ਅਤੇ ਜੇ ਉਹ ਜੀਵ ਵਾਪਸ ਪਾਣੀ 'ਚ ਨਾ ਜਾਣ ਤਾਂ ਉਹ ਫਿਰ ਉੱਥੇ ਕਿਨਾਰੇ 'ਤੇ ਪਏ ਮਰ ਜਾਂਦੇ ਨੇ। ਤਾਂ ਉਹ ਜਿਹੜਾ ਬਜ਼ੁਰਗ ਦੇਖਦਾ ਕਿ ਉਸ ਦਿਨ ਕਾਫੀ ਸਾਰੀਆਂ ਜਿਹੜੀਆਂ ਸਟਾਰ ਫਿਸ਼ ਸਮੁੰਦਰੀ ਇੱਕ ਜੀਵ ਹੁੰਦਾ ਅਤੇ ਉਹ ਸਮੁੰਦਰ ਦੇ ਕਿਨਾਰੇ 'ਤੇ ਮਤਲਬ ਕਿ ਸਮੁੰਦਰ ਦੀਆਂ ਲਹਿਰਾਂ ਨੇ ਉਹਨਾਂ ਨੂੰ ਬਾਹਰ ਸਿੱਟਤਾ ਸੀਗਾ। ਤਾਂ ਉਹ ਸਮੁੰਦਰ ਦਾ ਜਿਹੜਾ ਕਿਨਾਰਾ ਸੀ ਪੂਰਾ ਸਟਾਰ ਫਿਸ਼ ਨਾਲ ਜਿਹੜਾ ਭਰਿਆ ਪਿਆ ਸੀਗਾ। ਤਾਂ ਉਹ ਬਜ਼ੁਰਗ ਥੋੜ੍ਹਾ ਤੁਰਦਾ ਤਾਂ ਅੱਗੇ ਕੀ ਦੇਖਦਾ, ਇੱਕ ਛੋਟੀ ਜਿਹੀ ਕੁੜੀ ਨਿੱਕੇ ਨਿੱਕੇ ਹੱਥਾਂ ਨਾਲ ਇੱਕ ਸਟਾਰ ਫਿਸ਼ ਨੂੰ ਚੱਕਦੀ ਹੈ ਅਤੇ ਜਿੱਥੇ ਪਾਣੀ ਹੁੰਦਾ ਸਮੁੰਦਰ ਦਾ ਅਤੇ ਉੱਥੇ ਉਹ ਛੱਡ ਦਿੰਦੀ ਹੈ ਅਤੇ ਅੱਗੇ ਉਹ ਸਟਾਰ ਫਿਸ਼ ਆਪੇ ਸਮੁੰਦਰ ਦੇ ਪਾਣੀ 'ਚ ਜਾ ਕੇ ਤਰ ਜਾਂਦੀ ਹੈ ਅਤੇ ਬਚ ਜਾਂਦੀ ਹੈ। ਤਾਂ ਉਹ ਬਜ਼ੁਰਗ ਹੌਲੀ ਹੌਲੀ ਉਹਦੇ ਕੋਲ ਪਹੁੰਚ ਕੇ ਉਹਨੂੰ ਕਹਿੰਦਾ ਹੈ ਕਿ ਪਿਆਰੀ ਬੱਚੀ ਇਹ ਕੀ ਕਰ ਰਹੀ ਹੈ ਤੂੰ? ਤਾਂ ਉਹ ਕਹਿੰਦੀ ਹੈ ਕਿ ਮੈਂ ਜਿਹੜੀ ਸਟਾਰ ਫਿਸ਼ ਨੂੰ ਪਾਣੀ 'ਚ ਸਿੱਟ ਰਹੀ ਹਾਂ। ਤਾਂ ਉਹ ਕਹਿੰਦਾ ਕਿ ਇੱਥੇ ਹਜ਼ਾਰਾਂ ਲੱਖਾਂ ਸਟਾਰ ਫਿਸ਼ ਪਈਆਂ ਨੇ, ਐਡਾ ਵੱਡਾ ਕਿਨਾਰਾ ਸਮੁੰਦਰ ਦਾ, ਕੀ ਫਰਕ ਪੈਂਦਾ ਤੇਰੇ ਨਾਲ? ਤਾਂ ਉਹ ਛੋਟੀ ਜਿਹੀ ਬੱਚੀ ਹੈਗੀ ਉਹ ਝੁਕਦੀ ਹੈ ਅਤੇ ਇੱਕ ਸਟਾਰ ਫਿਸ਼ ਨੂੰ ਚੱਕਦੀ ਹੈ ਅਤੇ ਸਮੁੰਦਰ 'ਚ ਸਿੱਟ ਦਿੰਦੀ ਹੈ ਅਤੇ ਉਹ ਸਟਾਰ ਫਿਸ਼ ਚੱਲ ਜਾਂਦੀ ਹੈ ਸਮੁੰਦਰ ਦੇ ਪਾਣੀ 'ਚ ਅਤੇ ਬਚ ਜਾਂਦੀ ਹੈ। ਤਾਂ ਛੋਟੀ ਕੁੜੀ ਕਹਿੰਦੀ ਹੈ ਕਿ ਇਹਨੂੰ ਤਾਂ ਫਰਕ ਪੈ ਗਿਆ। ਤਾਂ ਦੋਸਤੋ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਆਪਦੇ ਵੱਲੋਂ ਕੋਈ ਇੱਕ ਅੱਧਾ ਕੰਮ ਕਰੀਏ, ਫਰਕ ਬਾਹਲਾ ਪੈਂਦਾ ਚਾਹੇ ਨਹੀਂ ਪੈਂਦਾ, ਪਰ ਜੇ 10,000 ਚੋਂ ਇੱਕ ਕੱਢ ਦਈਏ ਤਾਂ 9,999 ਰੁਪਏ ਰਹਿ ਜਾਂਦੇ ਆ। ਤੇ ਇਸੇ ਤਰ੍ਹਾਂ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ, ਕੋਈ ਨਾ ਕੋਈ ਕੰਮ ਜ਼ਰੂਰ ਕਰੋ, ਸਿਸਟਮ ਤੁਹਾਡੇ ਇੱਕ ਕਦਮ ਨਾਲ ਵੀ ਬਦਲ ਸਕਦਾ ਹੈ। ਤੇ ਇਸ ਤਰ੍ਹਾਂ ਹੀ ਆਪਾਂ ਛੋਟੀ ਕੁੜੀ ਤੋਂ ਸਿੱਖਿਆ ਲੈ ਸਕਦੇ ਹਾਂ। ਧੰਨਵਾਦ।